परमजीत कौर सेखूपुर कला दी कहानी है लोग की कहेंगे अपना मकान ਤਾਂ ਪੂਰਾ ਤਿਆਰ ਹੋ ਗਿਆ ਵੀਰ ਅਗਲੇ ਹਫਤੇ ਹੀ ਆਪਾਂ ਇਹਦਾ ਮਹੂਰਤ ਕਰ ਲੈਣਾ ਮੈਂ ਬਹੁਤ ਉਤਸ਼ਾਹਿਤਾਂ ਇਸ ਲਈ ਵੀਰ ਤੂੰ ਸੋਚਿਆ ਆਪਾਂ ਨਵੇਂ ਘਰ ਦੇ ਮਹੂਰਤ ਸਮੇਂ ਰਿਬਨ ਕਿਸ ਤੋਂ ਕਟਾਉਣਾ ਮੈਂ ਤਾਂ ਇਹ ਕੰਮ ਕਿਸੇ ਮਹਾਨ ਰੂਹ ਦੇ ਹੱਥੋਂ ਕਰਵਾਉਣਾ ਚਾਹੁੰਦੀ ਆਂ ਪ੍ਰੀਤ ਨੇ ਆਪਣੇ ਭਰਾ ਨੂੰ ਕਿਹਾ ਤੇ ਉਹਦੇ ਭਰਾ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਮਹਾਨ ਤੇ ਨੇਕ ਰੂਹ ਹਾਂ ਹਾਂ ਮਹਾਨ ਰੂਹ ਤੂੰ ਵੀ ਪ੍ਰੀਤ ਬਹੁਤ ਚੱਲੀ ਐ 10 ਭਲਾਂ ਸਾਨੂੰ ਨੇਕ ਰੂਹ ਲੱਭਣ ਲਈ ਬਾਹਰ ਜਾਣ ਦੀ ਕੀ ਲੋੜ ਜਦ ਸਾਡੇ ਘਰ 'ਚ ਹੀ ਨੇਕ ਰੂਹ ਵਸਦੀ ਐ ਪ੍ਰੀਤ ਤੈਨੂੰ ਪਤਾ ਸਾਡੇ ਘਰ ਦੀ ਇੱਟ ਇੱਟ ਇਸ ਮਹਾਨ ਰੂਹ ਦੀ ਕਰਜ਼ਦਾਰ ਐ ਇਹ ਮਹਾਨ ਰੂਹ ਦੇ ਸਦਕੇ ਹੀ ਸਾਡੇ ਸਿਰ ਤੇ ਛੱਤ ਨਸੀਬ ਹੋਈ ਨਹੀਂ ਤਾਂ ਅਸੀਂ ਸੜਕਾਂ ਤੇ ਰੁਲ ਜਾਣਾ ਸੀ ਸੱਚੀ ਮੈਨੂੰ ਨਹੀਂ ਲੱਗਦਾ ਸਾਡੀ ਮਾਂ ਬਿਨਾਂ ਸਾਡੇ ਲਈ ਕੋਈ ਮਹਾਨ ਰੂਹ ਹੈ ਇਸ ਕਰਕੇ ਮੈਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਨੇਕ ਕੰਮ ਸਾਡੀ ਮਾਂ ਦੇ ਹੱਥ ਤੂੰ ਹੀ ਕਰਵਾਉਣਾ ਹੈ ਇੰਨਾ ਕਹਿ ਪ੍ਰੀਤ ਦਾ ਭਰਾ ਬਾਹਰ ਚਲਾ ਗਿਆ ਪਰ ਪ੍ਰੀਤ ਤਾਂ ਬੀਤੇ ਵੇਲੇ ਨੂੰ ਯਾਦ ਕਰਕੇ ਸਹਿਮ ਜੀ ਗਈ ਤੇ ਇੱਕ ਪਲ ਹੀ ਉਹ ਬੀਤੇ ਵਕਤ ਚ ਝਾਤੀ ਮਾਰਦੀ ਹਾਂ ਸੱਚੀ ਤੇ ਕਿਹਾ ਵੀਰ ਨੇ ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਲਾਚਾਰ ਤੇ ਦੁੱਖਾਂ ਭਰਿਆ ਬਚਪਨ ਕਿੰਨੇ ਡਰਾਉਣੇ ਪਲ ਸੀ ਪਿਤਾ ਜੀ ਅੱਤ ਦੇ ਸ਼ਰਾਬੀ ਸੀ ਜਿਵੇਂ ਜਿਵੇਂ ਸ਼ਾਮ ਹੋਣੀ ਇੱਕ ਅਜੀਬ ਜਿਹਾ ਡਰ ਪੈਦਾ ਹੋਣ ਲੱਗ ਜਾਂਦਾ ਤੇ ਇਹੀ ਸੁਖ ਮੰਗਣੀ ਕਿ ਅੱਜ ਦੀ ਰਾਤ ਵਧੀਆ ਗੁਜ਼ਰ ਜਾਏ ਪਿਤਾ ਜੀ ਨਿਤ ਸ਼ਰਾਬੀ ਹੋ ਕੇ ਘਰ ਵੜਦਾ ਤੇ ਫਿਰ ਮਾਂ ਨਾਲ ਕੁੱਟਮਾਰ ਸਾਰੀ-ਸਾਰੀ ਰਾਤ ਮਾਂ ਦੀ ਜਾਗਦੇ ਲੰਘ ਜਾਂਦੀ। ਕਦੇ ਮਾਂ ਨੂੰ ਬਾਹੋਂ ਫੜ ਬਾਹਰ ਕੱਢਣਾ ਤੇ ਕਦੇ ਸਾਨੂੰ ਮਾਂ ਨੇ ਲੋਕਾਂ ਦਾ ਬੜਾ ਕੰਮ ਧੰਦਾ ਕਰਕੇ ਸਾਡੀ ਰੋਟੀ ਦਾ ਜੁਗਾੜ ਕਰਨਾ। ਪਰ ਜਿਹੜੇ ਚਾਰ-ਛੇ ਲੜਮਾ ਘਰ ਲੈ ਕੇ ਆਉਂਦੇ ਉਹ ਵੀ ਕੁੱਟਮਾਰ ਕਰਕੇ ਪਿਤਾ ਨੇ ਖੋਹ ਲੈਣੇ। ਇੱਕ ਦਿਨ ਜ਼ਿਆਦਾ ਨਸ਼ਾ ਲੈਣ ਕਰਕੇ ਪਿਤਾ ਦੀ ਮੌਤ ਹੋ ਗਈ। ਘਰ ਚ ਚਾਰੇ ਪਾਸੇ ਚੀਕ ਚਿਹਾੜਾ ਪੈ ਰਿਹਾ ਸੀ। ਮੈਂ ਤੇ ਵੀਰਨ ਭੁੱਲ ਜਾਈ ਸੀ ਸਾਨੂੰ ਕਦੇ ਪਿਤਾ ਦਾ ਪਿਆਰ ਹੀ ਨਹੀਂ ਸੀ ਦਿੱਤਾ ਉਸ ਇਨਸਾਨ ਨੇ ਤਾਂ ਹੀ ਅਸੀਂ ਸਾਰੀ ਭੀੜ ਤੋਂ ਅਲੱਗ ਖੜੇ ਰਹੇ ਇੱਕ ਬਜ਼ੁਰਗ ਮਾਤਾ ਨੇ ਸਾਨੂੰ ਪਿਤਾ ਕੋਲ ਜਾਣ ਲਈ ਕਿਹਾ ਤੇ ਨਾਲ ਹੀ ਦੱਸਿਆ ਕਿ ਤੁਸੀਂ ਅੱਜ ਤੋਂ ਬਾਅਦ ਆਪਣੇ ਪਿਤਾ ਨੂੰ ਨਹੀਂ ਦੇਖ ਸਕੋਗੇ ਪਰ ਸਾਡੀ ਅਣਭੁੱਲ ਜਿੰਦ ਨੂੰ ਪਿਤਾ ਦੇ ਵਿਛੋੜੇ ਨਾਲੋਂ ਇਸ ਗੱਲ ਦਾ ਸਕੂਨ ਸੀ ਕਿ ਸਾਡੀ ਮਾਂ ਤੇ ਅਸੀਂ ਹੁਣ ਚੈਨ ਦੀ ਨੀਂਦ ਸੌ ਸਕਾਂਗੇ ਪਿਤਾ ਤੋਂ ਬਾਅਦ ਮਾਂ ਨੇ ਸਾਨੂੰ ਖੂਬ ਪੜਾਇਆ ਖਰਚੇ ਵਧਨ ਕਾਰਨ ਮਾਂ ਨੇ ਸ਼ਹਿਰ 'ਚ ਇੱਕ ਰੇੜੀ ਲਗਾ ਕੇ ਖਾਣਾ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਸਾਨੂੰ ਪਹਿਲਾਂ ਇਸ ਗੱਲ ਦੀ ਸ਼ਰਮ ਮਹਿਸੂਸ ਹੋਈ ਕਿ ਮਾਂ ਨੂੰ ਰੇੜੀ ਲਗਾਉਂਦੇ ਵੇਖ ਲੋਕ ਕੀ ਕਹਿਣਗੇ। ਪਰ ਮਾਂ ਨੇ ਬੜੀ ਪਿਆਰ ਨਾਲ ਸਮਝਾਇਆ ਸੀ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਤੇ ਲੋਕਾਂ ਦੀ ਪਰਵਾਹ ਕੀਤੀ ਤਾਂ ਭੁੱਖੇ ਹੀ ਮਰਦੇ ਰਹਾਂਗੇ। ਅਸੀਂ ਵੀ ਮਾਂ ਦੀ ਇਸ ਗੱਲ ਨਾਲ ਸਹਿਮਤ ਹੋ ਕੇ ਉਹਦਾ ਹੱਥ ਵਟਾਉਣਾ ਸ਼ੁਰੂ ਕੀਤਾ ਤੇ ਰੇੜੀ ਤੋਂ ਹੋਟਲ ਤੱਕ ਪਹੁੰਚ ਗਏ। ਸਹੀ ਹੈ ਅੱਜ ਅਸੀਂ ਜਿਹੜਾ ਕੁਝ ਵੀ ਪ੍ਰਾਪਤ ਕੀਤਾ ਉਹ ਸਾਨੂੰ ਕਦੀ ਨਾ ਮਿਲਦਾ ਜੇ ਅਸੀਂ ਇੱਕ ਦੂਜੇ ਦੇ ਸਹਿਯੋਗ ਨਾਲ ਅੱਗੇ ਨਾ ਵਧੇ ਤੇ ਸੋਚਦੇ ਰਹਿੰਦੇ ਕਿ ਲੋਕ ਕੀ ਕਹਿਣਗੇ ਧੰਨਵਾਦ